पटियाला दे नाल लगदे पिंड पसियाणा दे विच भारतीय किसान यूनियन क्रांतिकारी दे 34 जणिआं नूं पुलिस ने हिरासत विच लै लिया। इस दी जानकारी वीकेयू क्रांतिकारी दे सूबा कमेटी मैंबर समाणा थाने तों सतवंत सिंह ने दित्ती है। खालस टीवी दे नाल खास गल्लबात उन्हां ने थाने दे अंदर बैठिआं नहीं कीती है, तस्वीर भी तुसीं देख सकदे हो। सतवंत सिंह दा कहिणा है कि पटियाला जिले दे किसान चंडीगढ़ दे रोस मार्च विच हिस्सा लैण लई तड़के चल पए सी, पर पुलिस ने पसियाणा पुल ते किसानां नूं रोक लिया, जिथे इन्हां ने धरना ला दिता। पर शाम 3:30 बजे सारे किसानों पुलिस चुक के लै गई। धरने वाली थां ते 80 तों 90 जने सन, 34 जने थाना सदर समाणा विखे ने, बाकी जिहड़ी दूसरी बस दे विच सन, दूसरे वाहन दे विच सन, उन्हां दा कोई पता नहीं कि उह कित्थे ने। ਜਿਹੜੇ ਸਵੇਰੇ ਤੋਂ ਇਹਨਾਂ ਨੇ ਸਾਡਾ ਰਸਤਾ ਰੋਕ ਰੱਖਿਆ ਸੀ। ਅੱਛਾ, ਪਛਾਣੇ ਪੁਲ ਦੇ ਮੂਹਰੇ ਉੱਥੋਂ ਜਿਹੜੀ ਮਤਲਬ ਜਿਹੜੀ ਜਦੋਂ ਜਿਹੜੀ ਸ਼ਾਮ ਦਾ ਜਿਹੜੀ ਮਤਲਬ ਹੋਇਆ 3:30 ਵਜੇ, ਇਹ ਜਿਹੜੀ ਖੜੇ ਖੜੇ ਅੱਕ ਗਏ ਫਿਰ ਇਹਨਾਂ ਨੇ ਜਿਹੜੀ ਮਤਲਬ ਸਾਨੂੰ, ਅਸੀਂ ਘੱਟ ਤੇ ਜਿਹੜੀ ਸਾਨੂੰ ਰੈਸਟ ਕਰ ਲਿਆ, ਇਹਨਾਂ ਦੀ ਗਿਣਤੀ ਜ਼ਿਆਦਾ ਸੀ। ਅੱਛਾ, ਕਿੰਨੇ ਜਾਣੇ ਨੂੰ ਰੈਸਟ ਕੀਤਾ? ਅਸੀਂ 34 ਹੈ ਸਾਡੇ ਵਾਲੀ ਬੱਸ ਚ, ਹੋਰ ਪਤਾ ਨੀ ਕਿੰਨੇ ਕੁ ਰੈਸਟ ਕੀਤਾ ਸੀ। 80 ਨੂੰ ਭਿਓਵਾਂਗੇ ਉੱਤੇ, ਸਮਾਣਾ ਪੁਲਿਸ ਨੇ ਕੀਤੇ ਨੇ ਸਮਾਣਾ ਸਦਰ ਚ। ਤੇ ਤੁਹਾਨੂੰ ਕਨਫਰਮ ਜਿਹੜਾ 34 ਜਣਿਆਂ ਦਾ ਕਿ ਬਾਕੀ ਵੀ ਹੋਏ? 34 ਅਸੀਂ ਬੱਸ ਚ। ਅੱਛਾ ਅੱਛਾ, ਤੇ ਜਿਹੜੇ ਦੂਜੇ ਨੇ ਉਹਨਾਂ ਦਾ ਕਨਫਰਮ ਨਹੀਂ ਹੈਗਾ ਤੁਹਾਨੂੰ? ਉਹਨਾਂ ਸਾਨੂੰ ਕਨਫਰਮ ਨਹੀਂ, 80 ਨੱਪੇ ਜਣੇ ਤੁਸੀਂ ਉੱਥੇ, ਬਾਕੀ ਨਾਲ ਕੇ ਕੀ ਕਰਿਆ? ਤੇ ਕਿਹੜੀ ਕਿਹੜੀ ਜਥੇਬੰਦੀ ਸੀ ਇੱਥੇ ਜੀ? ਹੈਂ, ਜਥੇਬੰਦੀ ਕਿਹੜੀ ਕਿਹੜੀ ਸੀ ਇੱਥੇ? ਕੱਲੇ ਵੀਕੇ ਜੂ ਕ੍ਰਾਂਤੀਕਾਰੀ ਦੇ। ਤੇ ਆ ਸਵੇਰੇ ਅਸੀਂ ਚੰਡੀਗੜ੍ਹ ਨੂੰ ਜਾਣੀ ਜਾ ਰਹੇ ਤੇ ਇਹਨਾਂ ਨੇ ਸਾਨੂੰ ਰੋਕ ਲਿਆ, ਮਤਲਬ ਸਮਝ ਲਓ 5 ਘੰਟੇ ਬਾਅਦ, 4 ਘੰਟੇ ਬਾਅਦ ਅਰੈਸਟ ਕੀਤਾ ਸਾਨੂੰ। ਅੱਛਾ, ਤੇ ਕੀ ਕਹਿ ਰਹੇ ਨੇ ਪੁਲਿਸ ਨਾਲ ਗੱਲਬਾਤ ਹੋਈ ਹੋਊਗੀ ਤੁਹਾਡੇ ਵੀ? ਕੀ ਇਹਨਾਂ ਨੇ ਦੱਸਿਆ ਨੀ ਵੀ ਤੁਹਾਨੂੰ ਕਿਉਂ ਲੈ ਕੇ ਜਾ ਰਹੇ ਆ, ਕੀ ਆ ਕਿਹੜੀ ਕਾਰਵਾਈ ਤਹਿਤ? ਤਹਿਸੀਲਦਾਰ ਆਇਆ ਸੀ। ਅੱਛਾ, ਤਹਿਸੀਲਦਾਰ ਆਇਆ ਸੀ, ਤਹਿਸੀਲਦਾਰ ਕਹਿੰਦਾ ਵੀ ਜਿਹੜੀ ਮਤਲਬ ਵੀ ਅਸੀਂ ਆਖਿਆ ਵੀ ਇੱਥੇ ਜਿਹੜੀ ਚੰਡੀਗੜ੍ਹ ਪਹੁੰਚਾਂਗੇ, ਤੁਸੀਂ ਰਸਤਾ ਖੋਲੋਗੇ ਚੰਡੀਗੜ੍ਹ ਪਹੁੰਚਾਂਗੇ। ਉਹ ਕਹਿੰਦਾ ਵੀ ਜੇ ਨੀ ਕੋਈ ਤੁਹਾਡਾ ਮੰਗ ਪੱਤਰ ਹੈਗਾ, ਮੈਂ ਮੰਗ ਪੱਤਰ ਸਾਡਾ ਦਿੱਤਾ ਹੋਇਆ, ਸਾਡੇ ਨਾਲ ਅਰੈਸਟ ਕਰਨ ਦਾ ਪਹਿਲਾਂ ਗੱਲ ਹੋਈ ਸੀ, ਬਾਅਦ ਚ ਨੀ। ਆਗੂਆਂ ਨੇ 16 ਜਥੇਬੰਦੀਆਂ ਦੇ ਨਾਲ ਮਿਲ ਕੇ ਕਾਲ ਦਿੱਤੀ ਸੀ, ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਉਹ ਮੰਨ ਲਈਆਂ ਜਾਣ, ਨਹੀਂ ਤਾਂ 22 ਤਰੀਕ ਤੋਂ ਚੰਡੀਗੜ੍ਹ ਦੇ ਵਿੱਚ ਵੱਡਾ ਮੋਰਚਾ ਸ਼ੁਰੂ ਕੀਤਾ ਜਾਵੇਗਾ। 20 ਤਰੀਕ ਨੂੰ ਸਰਕਾਰ ਨੇ ਕਿਸਾਨਾਂ ਦੇ ਵਫਦ ਨਾਲ ਮੀਟਿੰਗ ਵੀ ਕੀਤੀ, ਪਰ ਹੱਲ ਕੋਈ ਨਹੀਂ ਨਿਕਲਿਆ। ਕਿਸਾਨ ਮੰਗ ਰਹੇ ਨੇ, ਕੇਂਦਰ ਸਰਕਾਰ ਤੋਂ ਵੀ ਮੰਗ ਰਹੇ ਨੇ ਮੰਗਾਂ, ਤੇ ਜਿਹੜੀ ਸੂਬਾ ਸਰਕਾਰ ਹੈ ਉਸ ਤੋਂ ਵੀ। ਕੇਂਦਰ ਸਰਕਾਰ ਤੋਂ ਮੰਗ ਰਹੇ ਨੇ ਕਿ 50,000 ਕਰੋੜ ਦਾ ਰਾਹਤ ਫੰਡ ਪੰਜਾਬ ਨੂੰ ਜਾਰੀ ਕੀਤਾ ਜਾਵੇ, ਕਿਉਂਕਿ ਬੜਾ ਵੱਡਾ ਨੁਕਸਾਨ ਹੜ੍ਹਾਂ ਦੇ ਵਿੱਚ ਹੋਇਆ ਹੈ, ਪੈਕੇਜ ਐਲਾਨਿਆ ਜਾਵੇ। ਨੁਕਸਾਨੇ ਘਰਾਂ ਲਈ 5 ਲੱਖ, ਹੜ੍ਹ ਮਾਰੇ ਲੋਕਾਂ ਦੇ ਵਾਰਸਾਂ ਨੂੰ 10 ਲੱਖ ਦਾ ਮੁਆਵਜ਼ਾ ਦੇਣ ਦੀ ਮੰਗ ਕਰ ਰਹੇ ਨੇ। ਇਸ ਦੇ ਨਾਲ ਹੀ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਫਸਲਾਂ ਦਾ ਨੁਕਸਾਨ ਇਹਨਾਂ ਹੜ੍ਹਾਂ ਦੇ ਵਿੱਚ ਹੋਇਆ, ਉਹਨਾਂ ਨੂੰ 50,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦੀ ਮੰਗ ਵੀ ਕਰ ਰਹੇ ਨੇ। ਸੋ ਇਹ ਮੰਗਾਂ ਸਰਕਾਰ ਮੰਨੇਗੀ ਨਹੀਂ ਮੰਨੇਗੀ, ਕਿਸਾਨਾਂ ਦੇ ਨਾਲ ਜਿਹੜੀ ਖਿੱਚੋ ਤਾਣ ਹੈ ਉਹ ਕਦੋਂ ਤੱਕ ਜਾਰੀ ਰਹੇਗੀ, ਕਿਸਾਨ ਕੀ ਚੁੱਪ ਕਰਕੇ ਬੈਠ ਜਾਣਗੇ ਜਾਂ ਫਿਰ ਸਰਕਾਰ ਝੁੱਕ ਜਾਵੇਗੀ, ਇਹ ਸਾਰੇ ਸਵਾਲ ਨੇ, ਭਵਿੱਖ ਦੇ ਗਰਭ 'ਚ ਨੇ।